ਸੋ ਸਾਰਿਆਂ ਨੂੰ ਸਵੇਰ ਦੀਆਂ ਮੁਬਾਰਕਾਂ ਤੇ ਆਓ ਉਡੀਕ ਦੀਆਂ ਘੜੀਆਂ ਖਤਮ ਕਰੀਏ ਇੰਤਜ਼ਾਰ ਦੀਆਂ ਘੜੀਆਂ ਖਤਮ ਕਰੀਏ ਹਿੰਦੁਸਤਾਨ ਦੀ ਵਰਲਡ ਫੇਮਸ ਆਵਾਜ਼ ਪੰਜਾਬੀਆਂ ਦੇ ਹਰ ਪਿਆਰੇ ਸਮਾਨ ਮੱਤੇ ਫਨਕਾਰ ਨੂੰ ਮੈਂ ਤੁਹਾਡੇ ਰਿਵਰ ਕਰਨ ਲੱਗਾ ਜਿਹਦੇ ਬਾਰੇ ਬੜੀਆਂ ਸੋਹਣੀਆਂ ਲੈਣਾ ਲਿਖੀਆਂ ਨੇ ਕਿਸੇ ਸ਼ਹਿਰ ਨੇ ਕਿ ਪਰਮੈਸ਼ ਨਾਲ ਨਹੀਂ ਕਦੇ ਵੀ ਫੁੱਲ ਚਿੜਦੇ ਤੇ ਕਹਿ ਨਾਲ ਨਹੀਂ ਲੱਗਦੇ ਮੋਰ ਹੁੰਦੇ ਨਿਤ ਨਿਤ ਨਗ ਤਾਜਰੀ ਲਿਖੀ ਜਾਂਦੀ ਤੇ ਨਿਤ ਨਿਤ ਨਾ ਪੈਦਾ ਤੇ ਗੌਰ ਹੁੰਦੇ ਸਾਨੂੰ ਉੱਤਰ ਦੇ ਆਸਰੇ ਅੰਬਰਾਂ ਦੇ ਨੀ ਛਤਰੀ ਵਾਲੇ ਕਬੂਤਰ ਦਾ ਹੋਰ ਹੁੰਦੇ ਸੋ ਸੰਗੀਤਕ ਦੁਨੀਆਂ ਦੇ ਅੰਬਰਾਂ ਦੇ ਵਿੱਚ ਕਲਾਬਾਜੀ ਲਾਉਂਦੀ ਆਵਾਜ਼ ਦਾ ਮਾਲਿਕ ਮੰਗੀ ਹੋਈ ਪੀਰਾਂ ਤੋਂ ਮੁਰਾਦ ਵਰਗਾ ਦਿਲ ਵਿੱਚ ਕਿਸੇ ਨੇ ਦੀ ਯਾਦ ਵਰਗਾ ਪੱਤ ਝੜ ਰੁੱਤਿਆ ਜਾਂ ਚੇਤ ਵਹਾਰ ਵਰਗਾ ਸਰਗਮ ਦੀ ਸਾਰਕੀ ਜਾਂ ਬੜਾ ਰੰਗਲਾ ਤੇ ਸੁਰੀਲਾ ਸੁਰ ਤੁਹਾਡੀਆਂ ਜ਼ੋਰਦਾਰ ਤਾੜੀਆਂ ਵਿਚਕਾਰ ਮੇਰੀ ਬਰਾ ਬਾਈਕਰ ਹਰਦੀਪ ਜੀ ਹਰਦੀਪ ਜੀ ਡੇਰਾ ਬਾਬਾ ਭੰਮਣ ਸ਼ਾਹ ਜੀ ਪਿੰਡ ਟਾਲੀ ਵਾਲਾ ਬੋਦਲਾ ਵਿੱਚ ਵਿਰਾਜਮਾਨ ਪੰਡਾਲ ਦੇ ਵਿੱਚ ਮੇਰੇ ਸਤਿਕਾਰਯੋਗ ਵੀਰੋ ਬਜ਼ੁਰਗੋ ਮੇਰੀਆਂ ਭੈਣੋ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ ਮੈਂ ਸ਼ੁਕਰਗੁਜ਼ਾਰ ਹਾਂ ਸਮੂਹ ਕਮੇਟੀ ਦਾ ਪ੍ਰਧਾਨ ਕਮੇਟੀ ਦਾ ਸਾਧ ਸਭ ਪ੍ਰਧਾਨ ਸਾਹਿਬ ਅਸ਼ੋਕ ਕੁਮਾਰ ਜੀ ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਨੇ ਮੇਰੇ ਖਿਆਲ ਮੈਂ ਦੂਜੀ ਵਾਰ ਇੱਥੇ ਆਇਆ ਤੁਹਾਡੇ ਨਗਰ ਦੇ ਵਿੱਚ ਤੁਸੀਂ ਪਿਛਲੀ ਵਾਰ ਬੜਾ ਪਿਆਰ ਦਿੱਤਾ ਸੀ ਇੱਕ ਤਾੜੀ ਆਪਦੇ ਨਾਂ ਤੇ ਲਾ ਲਓ ਖੁੱਲ ਕੇ ਤੁਸੀਂ ਮੇਰੇ ਪੁਰਾਣੇ ਗੀਤਾਂ ਨੂੰ ਬੇਹੱਦ ਪਿਆਰ ਕੀਤਾ ਹੈ ਭਵਾਂ ਗੀਤ ਸੀ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਮੈਨੂੰ ਪ੍ਰਧਾਨ ਜੀ ਨੇ ਦੱਸਿਆ ਵੀ ਪਾਕਿਸਤਾਨ ਤੋਂ ਇੱਧਰ ਪਰਿਵਾਰ ਆ ਕੇ ਵਸਦੇ ਨੇ ਉਹ ਵੀ ਆਪਣਾ ਪੰਜਾਬੀ ਹੈ ਉਹ ਸਾਰੇ ਗੀਤ ਤੁਹਾਡੀ ਨਜ਼ਰ ਕਰਾਂਗੇ ਇੱਕ ਸ਼ੁਰੂਆਤ ਗੁਰੂ ਮਹਾਰਾਜ ਦੇ ਚਰਨਾਂ ਚ ਹਾਜ਼ਰੀ ਬਾਬਾ ਨਾਨਕਾ ਰੱਖੀ ਸਿਰ ਤੇ ਹੱਥ ਪੰਜਾਬੀਆਂ ਦੇ ਇੱਕ ਤਾੜੀ ਲਾ ਦਿਓ ਸ਼ੁਰੂ ਕਰੀਏ ਸਾਨੂੰ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਲੋਕੀ ਤੱਕਦੇ ਹੈ ਸੁਪਨਾ ਮੇਰੇ ਲੋਕੀ ਤੱਕਦੇ ਹੈ ਸੁਪਨਾ ਮੇਰੇ ਤੇ ਮੈਂ ਤੱਕਦਾ ਰਹਿਣ ਤੇਰੀਆਂ ਨੂੰ ਤੇ ਮੈਂ ਤੱਕਦਾ ਰਹਿਣ ਹੋਵੇ ਭਾਵੇਂ ਪੰਜਾਬ ਦੇ ਭਾਵੇਂ ਕਹਿਲੇ ਫੋਰਨੀਆਂ ਹੋਵੇ ਭਾਵੇਂ ਪੰਜਾਬ ਦੇ ਭਾਵੇਂ ਕਹਿਲੇ ਫੋਰਨੀਆਂ ਅੱਛਾ ਤੇ ਕਲਕੱਤਾ ਵੀ ਸੀ ਦੇ ਨਾਲ ਤਾਰਾ ਜੋੜਨੀਆਂ ਹਾਲ ਪਲਟ ਵਿੱਚ ਹਾਲ ਪਲਟ ਵਿੱਚ ਹਾਲ ਪਲਟ ਵਿੱਚ ਘੁੰਮਦੇ ਤੱਕ ਪੰਜਾਬੀ ਅਵੇ ਬਾਬਾ ਨਾਨਕਾ ਬਾਬਾ ਨਾਨਕਾ ਨਸੀ ਸਿਰ ਤੇ ਹੱਥ ਪੰਜਾਬੀਆਂ ਦੇ ਬਾਬਾ ਨਾਨਕਾ
ਮੇਰੇ ਨਾਲ ਪੰਜਾਬ ਦੀ ਬਹੁਤ ਹੀ ਵੱਡੀ ਕਲਮ ਮੱਖਣ ਬਰਾੜ ਸਾਹਿਬ ਉਹ ਤੁਹਾਡੇ ਰੂਬਰੂ ਹੋਣਗੇ ਮਿਊਜ਼ਿਕ ਡਾਇਰੈਕਟਰ ਮੇਰੇ ਨਿੰਮਾ ਵਿਰਕ ਸਾਹਿਬ ਜਿਹੜੇ ਮੇਰੇ ਗੀਤਾਂ ਨੂੰ ਪਿਆਰ ਦਿੰਦੇ ਨੇ ਪਿੱਛੇ ਜੇ ਤੁਸੀਂ ਗਾਣਾ ਸੁਣਿਆ ਸੀਗਾ ਟੈਨਸ਼ਨ ਟੈਨਸ਼ਨ ਪਤਾ ਹੀ ਨਹੀਂ ਕਿਧਰੇ ਖੰਭ ਲਾ ਕੇ ਉੱਡੀਆਂ ਸੀ ਸਾਰੇ ਗੀਤ ਤੁਹਾਡੇ ਨਜ਼ਰ ਕਰਾਂਗੇ ਅਗਲਾ ਗੀਤ ਦੁਨੀਆ 'ਚ ਖੁਸ਼ੀਆਂ ਕਮੀਆਂ ਨਾਲ ਦੀ ਨਾਲ ਚੱਲਦੀਆਂ ਇਹ ਮੁਲਕ ਮਾਹੀ ਦਾ ਵਸਦਾ ਏ ਕੋਈ ਰੋਂਦਾ ਤੇ ਕੋਈ ਹੱਸਦਾ ਏ ਤੁਹਾਡੀ ਨਜ਼ਰ ਕਰਨ ਲੱਗੇ ਲਹਿੰਦੇ ਪੰਜਾਬ ਦੀ ਤਰ੍ਹਾਂ ਹੋ ਕਰਾਂ ਤੁਹਾਡੀ ਨਜ਼ਰ ਆਵੇ ਨਾਗਪਾਲ ਸਾਹੂ ਵੀ ਸਾਡੇ ਸਮਝ ਆਉਣੀ ਚਾਹੀਦੀ ਗੱਲ ਸੀ ਜ਼ੋਰ ਸ਼ਰਾਬ ਕਰ ਸਾਹਿਬ ਜੀ ਮੱਖਣ ਬਰਾੜ ਦੀ ਕਲਮ ਤੋਂ ਸ਼ੇਰ ਤੁਹਾਡੀ ਨਜ਼ਰ ਕਰਦਾ ਹੈ ਜਿਨ੍ਹਾਂ ਨੇ ਸੂਰਮੇ ਪੈਦਾ ਕੀਤੇ ਮੈਨੂੰ ਪਤਾ ਲੱਗਾ ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਉਹਦੇ ਨਾਂ ਤੇ ਵੀ ਤਾੜੀ ਲਾ ਦੇ ਖੁੱਲ ਕੇ ਏਡੇ ਕਸੂਰ ਨੇ ਲੱਖ ਨੇਮ ਤਾਂ ਮਹਾਂ ਦੇ ਦੁੱਧ ਅੰਦਰ ਤੇ ਉਹ ਕੀ ਜਾਣਦੇ ਜਿੰਨਾ ਨੇ ਚੁੱਕਿਆ ਹੀ ਨਹੀਂ ਹੋ ਮੱਖਣ ਬਰਾੜਾ ਲਿਖਣ ਦਾ ਕੀ ਫਾਇਦਾ ਤੇ ਜਿਹੜੀ ਲਿਖਤ ਨੇ ਕਿਸੇ ਨੂੰ ਚੁੱਕਿਆ ਹੀ ਨਹੀਂ ਬਿਲਕੁਲ
ਉਹਦੀ ਮੁੱਛ ਦਾ ਸਟਾਈਲ ਵੱਖਰਾ ਉਹਦੇ ਤੁਰਨ ਦਾ ਸਟਾਈਲ ਵੱਖਰਾ ਝੂਮ ਝੂਮ ਕੇ ਤੁਰਦਾ ਉਹਦੇ ਗੁੱਸੇ ਦਾ ਸਟਾਈਲ ਵੱਖਰਾ ਖਾਣਾ ਵਧੀਆ ਨੋ ਬਰਗਰ ਨੋ ਪੀਜ਼ਾ ਸਾਗ ਹੀ ਦੀਜਾ ਸੋ ਪੰਜਾਬੀਆਂ ਦੀ ਦੁਨੀਆ ਦੇ ਵੱਖਰੀ ਪਛਾਣ ਸਿਰੇ ਤੇ ਦਲੇਰ ਦਰਿਆਵਾਂ ਦੇ ਰੁੱਖ ਮੋੜਨ ਵਾਲੇ ਪੰਜਾਬੀ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਮੱਖਣ ਰਾਠ ਅੱਗੇ ਲਿਖੀਆਂ ਸਤਨਾ ਤੁਹਾਡੀ ਨਜ਼ਰ ਕਰਨ ਲੱਗੇ ਵੀ ਪੰਜਾਬੀ ਬੰਦਾ ਹੁੰਦਾ ਕੌਣ ਹੈ ਬੇਸ਼ੱਕ ਲੋਕ ਬਹੁਤ ਵਸੇ ਪੰਜਾਬ ਚ ਆ ਕੇ ਪਰ ਅਸਲ ਪੰਜਾਬੀ ਹੁੰਦਾ ਕੌਣ ਆਹ ਗੱਲ ਸੁਣੀ ਜਾਓ ਓਏ ਹੁਸਨ ਲੱਭਿਆ ਨਹੀਂ ਹੁਸਨ ਲੱਭਿਆ ਨਹੀਂ ਪੰਜਾਬ ਵਰਗਾ ਤੇ ਨਾ ਫੁੱਲ ਤੇ ਨਾ ਫੁਲਕਾਰੀਆਂ ਤੇ ਯਾਰ ਮਿਲਿਆ ਨਹੀਂ ਯਾਰ ਲਈ ਮਰਨ ਵਾਲਾ ਝੂਠੇ ਪਿਆਰ ਤੇ ਖੋਖੀਆਂ ਜੰਗ ਇਸ਼ਕ ਦੀ ਹੋਵੇ ਜਾਂ ਦੁਸ਼ਮਣੀ ਦੀ ਤੇ ਮੱਲਾ ਤੁਸਾਂ ਪੰਜਾਬੀਆਂ ਉਹ ਮੱਖਣ ਬਰਾ ਦੇ ਕੁੰਬਲੀ ਗੁਲਦੁਨੀਆਂ ਮੱਖਣ ਬਰਾ ਦੇ ਕੁੰਬਲੀ ਗੁਲਦੁਨੀਆਂ ਤੇ ਸੱਚੀ ਵਿੱਚ ਪੰਜਾਬ ਸਿਰ ਹੁਣ ਪੰਜਾਬੀ ਹੁੰਦਾ ਕੌਣ ਹੈ ਔਰ ਰੋਟੀ ਜੀ ਨੇ ਕਦੇ ਨਹੀਂ ਖਾਧੀ ਚਾਰ ਦੇ ਗੰਢੇ ਨਾ ਤੇ ਪਿੱਤ ਨਿਕਲੀ ਤੋ ਢੂਈ ਨੀ ਰਗੜੀ ਜੋ ਕਦੇ ਬਾਕੀ ਨੀ ਹੁੰਦਾ ਆਜਾ ਉਹ ਬੇਸ਼ਕ ਰਹੇ ਪੰਜਾਬ ਬਾਪੂ ਦੀ 5 ਕਿਲੋ ਦੀ ਗਾਂ ਜਰ ਗਿਆ ਪੱਕਾ ਪੰਜਾਬੀ ਹੈ ਜੇ ਰੁੱਸ ਕੇ ਮੋਟਰਸਾਈਕਲ ਲੈ ਕੇ ਭੱਜ ਗਿਆ ਉਹ ਪੰਜਾਬੀ ਨਹੀਂ ਹੋ ਸਕਦਾ ਮਾਂ ਬਾਪ ਦੀਆਂ ਗੱਲਾਂ ਖਾਣ ਪੰਜਾਬੀ ਨਹੀਂ ਹੁੰਦਾ ਉਹ ਬੇਸ਼ਕ ਰਹੇ ਪੰਜਾਬ ਬੋਤਲ ਲੱਗ ਜਾਣੀ ਹੈ
ਮੁਰਗਾ ਮੁਰਗਾ ਲੈਣਾ ਪਰ ਪੈਸੇ ਲੱਗਣਗੇ ਬਾਪੂ ਜੀ ਠੀਕ ਹੈ ਨਾ ਉਹ ਪੰਜਾਬੀ ਨਹੀਂ ਹੁੰਦਾ ਵਿਦਿਆ ਨਾਲ ਵੱਡੇ ਹੁੰਦੇ ਪੰਜਾਬੀਆਂ ਚਾਰ ਪਰੋਣੇ ਆਇਆ ਤੋਂ ਮੱਥੇ ਵੱਟ ਪਾਉਂਦਾ ਜੋ ਤੇ ਚਮਕਾਰ ਸਭ ਛੱਡ ਕੇ ਫਿਰ ਵੀ ਜੱਟ ਕਹਾਉਂਦਾ ਜੋ ਦੁੱਧ ਸੁਮਨੇ ਦਾ ਪੀ ਕੇ ਰੰਗ ਗੁਲਾਬੀ ਨਹੀਂ ਹੁੰਦਾ ਹੋ ਦੇਸ਼ ਦੇ ਮਹੇ ਪੰਜਾਬ